ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ। ਪਿਛਲੇ ਦਿਨੀ ਸਿਵਲ ਹਸਪਤਾਲ ਬਠਿੰਡਾ ਦੇ ਐਂਬੂਲੈਂਸ ਡਰਾਈਵਰ ਵੱਲੋਂ ਕੋਰੋਨਾ ਸੈਂਪਲ ਬੱਸ ਰਾਹੀਂ ਭੇਜਣ ਅਤੇ ਸਰਕਾਰੀ ਐਂਬੂਲੈਂਸ ਨਾ ਲੈ ਕੇ ਜਾਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਐਂਬੂਲੈਂਸ ਡਰਾਈਵਰ ਨੂੰ ਐਂਬੂਲੈਂਸ ਸਮੇਤ ਬੱਸ ਸਟੈਂਡ ਤੋਂ ਪਕੜ ਲਿਆ ਗਿਆ ਸੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਗਾਤਾਰ ਕਾਰਵਾਈ ਕਰਨ ਦੀ ਗੱਲ ਕਹੀ ਜਾਂਦੀ ਸੀ, ਪਰ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਅਗਰ ਪ੍ਰਸ਼ਾਸਨ ਨੇ ਕਾਰਵਾਈ ਸਹੀ ਤਰੀਕੇ ਨਾਲ ਨਾ ਕੀਤੀ ਤਾਂ ਉਹ ਮੁੱਖ ਮੰਤਰੀ ਪੰਜਾਬ ਤੱਕ ਪਹੁੰਚ ਕਰਨਗੇ। ਅਮਰਦੀਪ ਸਿੰਘ ਰਾਜਨ, ਯੂਥ ਪ੍ਰਧਾਨ ਜ਼ਿਲ੍ਹਾ ਬਠਿੰਡਾ, ਆਮ ਆਦਮੀ ਪਾਰਟੀ। ਤੁਸੀਂ ਪਿਛਲੇ ਦਿਨੀ ਇੱਕ ਐਂਬੂਲੈਂਸ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਸੀਗਾ, ਹਾਂਜੀ, ਜਿਹੜਾ ਕਿ ਕੋਰੋਨਾ ਸੈਂਪਲ ਲੈ ਕੇ ਜਾਂਦਾ ਸੀ, ਪਰ ਉਹ 'ਤੇ ਇੱਕ ਮਾਮੂਲੀ ਜਿਹਾ ਮਾਮਲਾ ਦਰਜ ਕੀਤਾ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਉਹ ਜਿਹੜਾ ਸਾਨੂੰ ਉਹਦੇ ਨਾਲ ਦੇ ਜਿਹੜੇ ਡਰਾਈਵਰ ਸੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਜਿਹੜਾ ਇਹ ਡਰਾਈਵਰ ਹੈ ਇਹ ਜਿਹੜੇ ਸੈਂਪਲ ਹੈ ਕੋਰੋਨਾ ਦੇ, ਜਦੋਂ ਕਿ ਪੰਜਾਬ ਸਰਕਾਰ ਨੇ ਪੂਰੀਆਂ ਹਦਾਇਤਾਂ ਦਿੱਤੀਆਂ ਹੋਈਆਂ, ਜਿਹੜੇ ਕੋਰੋਨਾ ਦੇ ਸੈਂਪਲ ਹੈ ਉਹ ਇੱਥੋਂ ਜਾਣਗੇ ਐਂਬੂਲੈਂਸ ਦੇ ਵਿੱਚ ਫਰੀਦਕੋਟ ਚੈਕਿੰਗ ਦੇ ਲਈ, ਤਾਂ ਕਿ ਉਹ ਜਿਹੜੇ ਸੈਂਪਲਾਂ ਨੂੰ ਕਿਸੇ ਭੀੜ ਵਾਲੀ ਥਾਂ 'ਤੇ ਨਾ ਰੱਖਿਆ ਜਾਵੇ ਅਤੇ ਲੋਕ ਉਹਨਾਂ ਦੇ ਉੱਤੋਂ ਮਤਲਬ ਕਿ ਕਿਸੇ ਨੂੰ ਅਫੈਕਟ ਨਾ ਕਰਨ। ਤਾਂ ਉਹ ਜਿਹੜਾ ਇਨਸਾਨ ਸੀ, ਡਰਾਈਵਰ ਸੀ, ਉਹ ਇੱਥੋਂ ਤੇਲ ਨਹੀਂ ਪਾਉਂਦਾ ਸੀਗਾ, ਤੇਲ ਦੇ ਪੈਸੇ ਚਾਰਜ ਕਰਦਾ ਸੀਗਾ, ਘੱਟੋ ਘੱਟ ਉਹ ਲੈਂਦਾ ਸੀ ਆਪਣਾ 3,000 ਰੁਪਈਆ ਇੱਕ ਗੇੜੇ ਦਾ, ਅਤੇ ਉਹ ਮਤਲਬ ਕਿ ਇੱਥੋਂ ਆਪਦੇ ਬੇਟੇ ਨੂੰ ਭੇਜ ਦਿੰਦਾ ਸੀਗਾ ਜੀ ਫਰੀਦਕੋਟ ਬਿਠਾ ਕੇ ਬੱਸ 'ਚ, ਉਹ ਸੈਂਪਲ ਕਰੋਨਾ ਦੇ ਸੈਂਪਲਾਂ ਦਾ। ਅਸੀਂ ਉੱਥੇ ਜਾ ਕੇ ਉਹਨੂੰ ਫੜਿਆ, ਉਹ ਵੀ ਨਾਲੇ ਬੱਸ ਸਟੈਂਡ ਦੇ ਵਿੱਚ ਜਾ ਕੇ, ਤੁਹਾਡੀ ਸਾਰੀ ਟੀਮ ਪਹੁੰਚੀ ਸੀਗੀ ਉੱਥੇ। ਦੈਨ ਉਸ ਤੋਂ ਬਾਅਦ ਅਸੀਂ ਇੱਥੇ ਆਪਣਾ ਚੌਂਕੀ ਦੇ ਵਿੱਚ ਵੀ ਰਿਪੋਰਟ ਲਿਖਾਈ, ਸਭ ਕੁਝ ਕੀਤਾ। CMO ਮੈਮ ਅਸਿਸਟੈਂਟ ਇੱਥੇ ਹੈਗੇ ਆ, ਜਿਹੜੇ ਮੇਨ CMO ਸਾਹਿਬ ਹੈਗੇ ਆ ਉਹ ਛੁੱਟੀ 'ਤੇ ਚੱਲ ਰਹੇ ਆ, ਅਤੇ ਉਹ ਕਹਿੰਦੇ ਵੀ ਮੇਰੇ ਕੋਲ ਪਾਵਰ ਨਹੀਂ ਹੈਗੀ ਉਹਨੂੰ ਸਸਪੈਂਡ ਕਰਨ ਦੀ, ਪਰ ਉਹਨਾਂ ਦਾ ਹੁਣ ਇਹ ਕਹਿਣਾ ਵੀ ਅਸੀਂ ਇਹ ਜਿਹੜੀ ਤਫਤੀਸ਼ ਕਰਾਈ ਗਈ ਹੈ ਉਹਦੇ 'ਚ ਇਹਨੂੰ ਦੋਸ਼ੀ ਪਾਇਆ ਗਿਆ। ਦੋਸ਼ੀ ਪਾਉਣ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਅਸੀਂ ਫਾਈਲ ਹੈ ਜਿਹੜੀ ਉਹ DC ਸਾਹਿਬ ਨੂੰ ਭੇਜ ਚੁੱਕੇ ਹਾਂ। ਮੇਰੀ DC ਸਾਹਿਬ ਨਾਲ ਵੀ 2-3 ਵਾਰੀ ਗੱਲ ਹੋਈ ਹੈ ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਪਹੁੰਚਾਉਣਾ ਚਾਹੁੰਦਾ DC ਸਾਹਿਬ ਨੂੰ ਕਿ ਉਹਦੇ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। DC ਸਾਹਿਬ ਕਹਿੰਦੇ ਵੀ ਟਾਈਮ ਲੱਗਦਾ ਇਹਨਾਂ ਗੱਲਾਂ ਦੇ ਉੱਤੇ, ਇਹ ਕਈ ਵਾਰੀ ਸਮਾਂ ਲੱਗਦਾ, ਸਮਾਂ ਲੱਗੂਗਾ, ਨਹੀਂ ਕਾਰਵਾਈ ਹੋਊਗੀ। ਮੈਂ ਕਹਿ ਦੇਣਾ ਚਾਹੁੰਦਾ DC ਸਾਹਿਬ ਨੂੰ ਕਿ DC ਸਾਹਿਬ ਆਮ ਆਦਮੀ ਪਾਰਟੀ ਆ ਗਈ, ਹੁਣ ਤੁਹਾਡੀ ਇਹੋ ਜਿਹੀਆਂ ਗੱਲਾਂ ਨਹੀਂ ਚੱਲਣਗੀਆਂ ਕਿ ਸਮਾਂ ਲੱਗੂਗਾ, ਹੋਰ ਲੱਗੂਗਾ। ਜਿਹੜੀ ਚੀਜ਼ ਦੀ ਇਨਕੁਆਇਰੀ 'ਚੋਂ ਦੋਸ਼ੀ ਪਾਇਆ ਗਿਆ ਉਹਦੇ 'ਤੇ ਤੁਰੰਤ ਐਕਸ਼ਨ ਲਿਆ ਜਾਵੇ, ਉਸ ਬੰਦੇ ਨੂੰ ਸਸਪੈਂਡ ਕੀਤਾ ਜਾਵੇ। ਅਣਗਹਿਲੀ ਦਾ ਮਾਮਲਾ ਦਰਜ ਕੀਤਾ ਗਿਆ ਹੈਗਾ, ਜਦੋਂ ਕਿ ਉਹਨੇ ਚੋਰੀ ਵੀ ਕੀਤਾ ਅਤੇ ਲੋਕਾਂ ਦੀ ਜਾਨ ਨੂੰ ਜੋਖਮ 'ਚ ਪਾਇਆ। ਬਿਲਕੁਲ ਬਿਲਕੁਲ, ਅਸੀਂ ਕੁਛ ਚੇਅਰ, ਮੈਂ ਅੱਜ ਵੀ DC ਸਾਹਿਬ ਨੂੰ ਫੋਨ ਕਰਕੇ ਹਟਿਆ, ਹੁਣੇ ਨਹੀਂ ਉਹਨਾਂ ਦਾ ਫੋਨ ਲੱਗਿਆ, ਅਤੇ ਜੇ ਇੱਥੇ DC ਸਾਹਿਬ ਨਹੀਂ ਗੱਲ ਸੁਣਗੇ ਤਾਂ ਅਸੀਂ ਇਹੀ ਮੈਟਰ ਆਪਣਾ ਭਗਵੰਤ ਮਾਨ ਸਾਹਿਬ ਕੋਲ ਲੈ ਕੇ ਜਾਵਾਂਗੇ। ਜੇ ਇਹ ਮਤਲਬ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਦਾ ਸਬੂਤ ਦੇਣਾ ਅਤੇ ਇੱਥੇ ਕਿਸੇ ਨੂੰ ਵੀ ਕਰਪਸ਼ਨ ਨਹੀਂ ਕਰਨ ਦੇਣੀ, ਇਹ ਅਸੀਂ ਆਪਣਾ ਜਨਤਾ ਨੂੰ ਕਹਿਣਾ ਚਾਹੁੰਦੇ ਹਾਂ ਅਤੇ ਇਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਹੁਣ ਬਸ ਬੀਤ ਗਏ ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਤੇ ਕਾਂਗਰਸ ਦੇ, ਹੁਣ ਆਮ ਆਦਮੀ ਪਾਰਟੀ ਆ ਗਈ, ਬੰਦੇ ਬਣ ਕੇ ਕੰਮ ਕਰ ਲਓ, ਨਹੀਂ ਤਾਂ ਤੁਹਾਡੇ 'ਤੇ ਵੀ ਐਕਸ਼ਨ ਹੋਊਗਾ ਨਾਲ। ਲੱਗਦਾ ਨਹੀਂ ਕਿਤੇ ਨਾ ਕਿਤੇ। ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਕਿਸੇ ਨਾ ਕਿਸੇ ਪਾਸੇ ਪ੍ਰਸ਼ਾਸਨ ਜਾਂ ਇੱਥੋਂ ਦੇ ਜਿਹੜਾ ਹੈਗਾ CMO ਸਾਹਿਬ ਮੈਡਮ, ਇਹਨਾਂ ਵੱਲੋਂ ਕੋਈ ਨਾ ਕੋਈ ਹੈ ਕੀਤੀ ਜਾ ਰਹੀ। ਜਦੋਂ ਬੰਦਾ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਤੁਰੰਤ ਸਸਪੈਂਡ ਕਿਉਂ ਨਹੀਂ ਕੀਤਾ ਜਾ ਰਿਹਾ? ਜਦੋਂ ਕਿ ਆਪਾਂ ਦੇਖਦੇ ਹਾਂ ਜਿਹੜਾ ਬੰਦਾ ਫੜਿਆ ਜਾਂਦਾ ਉਹਨੂੰ ਸਸਪੈਂਡ ਕੀਤਾ ਜਾਂਦਾ ਨਾਲ। ਕਾਰਨ ਕੀ ਹੈ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਕੋਈ ਅਧਿਕਾਰੀ ਤਾਂ ਨਹੀਂ ਇਹਦੇ ਨਾਲ ਸ਼ਾਮਿਲ? ਦੇਖੋ ਜੀ, ਹੋ ਸਕਦਾ ਜਿਹੜਾ ਬੰਦਾ 3,000 ਰੁਪਈਆ ਚਾਰਜ ਕਰਦਾ ਸੀਗਾ ਰੋਜ਼ ਦਾ, ਉਹ ਕਿਤੇ ਨਾ ਕਿਤੇ ਤਾਂ ਮਤਲਬ ਕਿ ਜਿਹੜਾ ਬੰਦਾ ਉਹਨੂੰ ਪੈਸੇ ਇਸ਼ੂ ਕਰਦਾ ਸੀਗਾ ਉਹ ਵੀ ਵਿੱਚ ਹੋ ਸਕਦਾ, ਇਹਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ। ਉਹ ਪਤਾ ਨਹੀਂ ਅੱਜ ਦਾ ਨਹੀਂ, ਉਹ ਕਹਿੰਦੇ ਕਈ ਮਹੀਨਿਆਂ ਤੋਂ ਉਹ ਪੈਸੇ ਖਾ ਰਿਹਾ ਉਹ ਬੰਦਾ।